ਹੈਲੋ ਗਾਇਸ ਹਾਊ ਆਰ ਯੂ ਮਾਈ ਨੇਮ ਇਜ਼ ਕਗਨਦੀਪ ਸਿੰਘ ਐਂਡ ਵੈਲਕਮ ਟੂ ਦਾ ਪੰਜਾਬੀ ਟਿਊਟਰ ਸੋ ਅੱਜ ਪ੍ਰੈਡਿਕਸ਼ਨ ਕਰ ਲੱਗੇ ਆ ਕਿ 18 ਦਸੰਬਰ ਦਾ ਇਗਜ਼ਾਮ ਆ ਜੋ ਉਸ ਦਾ ਲੈਵਲ ਕਿਵੇਂ ਦਾ ਹੋਵੇਗਾ ਤੇ ਇੱਕ ਗੈਸ ਵਰਕ ਆਪਣੀ ਮਿਹਨਤ ਵੈ ਯਕੀਨ ਕਰੋ ਇਹ ਆਪਾਂ ਦੇਖਦੇ ਹਾਂ ਕਿ ਕਿਸ ਚੀਜ਼ ਦੀ ਸੰਭਾਵਨਾ ਹੈਗੀ ਆ ਓਕੇ ਜੀ ਸੋ ਸਭ ਤੋਂ ਪਹਿਲਾਂ ਜੇ ਆਪਾਂ ਰਾਈਟਿੰਗ ਦੀ ਗੱਲ ਕਰੀਏ ਤਾਂ ਰਾਈਟਿੰਗ ਦੇ ਵਿੱਚ ਸਟਰੋਂਗ ਪੋਸਿਬਿਲਟੀ ਹੈਗੀ ਆ ਕਿ ਪਾਈ ਚਾਰਟ ਲਾਈਨ ਇਹਨਾਂ ਦੋਨਾਂ ਵਿੱਚੋਂ ਇੱਕ ਦੀ ਸੰਭਾਵਨਾ ਹੈਗੀ ਆ ਬਟ এর ਨਾਲ ਨਾਲ ਮੈਂ ਤੁਹਾਨੂੰ ਕਹਿ ਦਵਾ ਅਗੇਨ ਮੈਪ ਤੇ ਥੋੜਾ ਫੋਕਸ ਕਰਕੇ ਜਾਓ ਓਕੇ ਜੀ ਇਹ ਚੀਜ਼ ਹੈਗੀ ਤੁਹਾਡੀ ਰਾਈਟਿੰਗ ਟਾਸਕ 1 ਟਾਸਕ 2 ਦੀ ਗੱਲ ਕਰੀਏ ਤਾਂ ਇਹ ਸਟਰੋਂਗ ਪੋਸਿਬਿਲਟੀ ਆ ਕਿ ਟੈਕਨੋਲੋਜੀ ਦੇ ਰਿਲੇਟਡ ਟਾਸਕ ਹੋ ਸਕਦਾ 2 ਤੇ ਸੋਰਸ ਆਫ ਐਂਟਰਟੇਨਮੈਂਟ ਦੇ ਵਿੱਚੋਂ ਕੋਈ ਹੋ ਸਕਦਾ ਵਾ ਜੀ ਮੈਨ ਤੇ ਉਹ ਮੈਨੂੰ ਕੰਪੈਰੀਜ਼ਨ ਕਰਨ ਵਾਲਾ ਵੀ ਉਹ ਟਾਸਕ 2 ਪਾ ਸਕਦੇ ਆ ਇਹਨਾਂ ਦੀ ਪੋਸਿਬਿਲਟੀ ਹੈਗੀ ਆ ਸੋ ਨੈਕਸਟ ਜੇ ਆਪਾਂ ਗੱਲ ਕਰੀਏ ਜੀ ਲਿਸਨਿੰਗ ਦੀ ਸੋ ਲਿਸਨਿੰਗ ਦਾ ਲੈਵਲ ਆ ਜਿਹੜਾ ਉਹ ਕਾਫੀ ਆਦਾ ਸੌਖਾ ਆਊਗਾ ਥੋੜੀ ਜੀ ਜਿਆਦਾ ਤੇਜ਼ ਨਹੀਂ ਹੋਊਗੀ ਮੀਡੀਅਮ ਜਿਹਾ ਲੈਵਲ ਹੋਊਗਾ ਪਰ ਤੁਹਾਨੂੰ ਸਾਰਾ ਕੁਝ ਸੁਣੂਗਾ ਜਰੂਰ ਫੋਕਸ ਕਰਨਾ ਜੋ ਤੁਹਾਨੂੰ ਬ੍ਰੇਕ ਮਿਲੂਗੀ ਬ੍ਰੇਕ ਨੂੰ ਯੂਟਿਲਾਈਜ਼ ਕਰਨਾ ਆਸੇ-ਪਾਸੇ ਜਮਾਂ ਨਹੀਂ ਚੱਕਣਾ ਜੋ ਮਰਜ਼ੀ ਹੋਵੇ ਪਰ ਇਦਾਂ ਦੀ ਲਿਸਨਿੰਗ ਹੋਊਗੀ ਕਿ ਤੁਹਾਡੇ ਆਰਾਮ ਨਾਲ 6.5 ਐਂਡ ਅਚੀਵ ਹੋ ਸਕਦੇ ਸੋ ਗੱਲ ਕਰੀਏ ਰੀਡਿੰਗ ਦੀ ਜਿੰਨੀ ਵੇਟਿੰਗ ਹੁੰਦੀ ਹੈ ਮੈਂ ਤੁਹਾਨੂੰ ਦੱਸਾਂ ਕਿ 18 ਦਸੰਬਰ ਦੀ ਜੋ ਰੀਡਿੰਗ ਆ ਉਹ ਕਾਫੀ ਹੱਦ ਸੌਖੀ ਹੋਣ ਵਾਲੀ ਆ ਫੋਕਸ ਕਰਕੇ ਲੱਭੋਗੇ ਤਾਂ ਸਾਰਾ ਕੋਈ ਲੱਭਿਆ ਨਾ ਵਾ ਬਸ ਆਪਣੀ ਸਟ੍ਰੈਟਜੀਸ ਜੋ ਤੁਸੀਂ ਸਿੱਖੀਆਂ ਵਾ ਜੋ ਵੀ ਤੁਸੀਂ ਆਪਣੇ ਮਾਈਂਡ ਚ ਰੱਖਿਆ ਵਾ ਟਾਈਮ ਨੂੰ ਧਿਆਨ ਚ ਰੱਖਣਾ ਵਾ ਕਿਸੇ ਵੱਲ ਫालतू ਦੇਖਣਾ ਨਹੀਂਗਾ ਤੇ ਅੱਕਣਾ ਨਹੀਂ ਬਸ ਰੀਡਿੰਗ ਦੇ ਵਿੱਚ ਫੋਕਸ ਰੱਖਣਾ ਜੇ ਕੋਈ ਨਹੀਂ ਲੱਗ ਰਿਹਾ ਡੀਮੋਟੀਵੇਟ ਨਾ ਹੋਵੋ ਨੈਕਸਟ ਉੱਪਰ ਸਵਿਚ ਹੋ ਜਿਓ ਓਵਰਆਲ ਜੇ ਦੇਖਿਆ ਜਾਵੇ ਤਾਂ ਰੀਡਿੰਗ ਹੈ ਜਿਹੜੀ ਉਹ ਸੌਖੀ ਹੋਊਗੀ 18 ਦਸੰਬਰ ਵਾਲਾ ਇਗਜ਼ਾਮ ਸੌਖਾ ਹੋਣ ਵਾਲਾ ਵਾ ਆਰਾਮ ਨਾਲ ਬੱਚਾ 6.5 ਬੈਂਟ ਤੱਕ ਸਕੋਰ ਕਰ ਸਕਦਾ ਵਾ ਓਕੇ ਗਾਇਸ ਟਿਲ देन टेक केयर ਬਾਏ